ਬਾਕੀ ਖੇਤਰਾਂ ਦੀ ਗੱਲ ਕਰਾਂ ਐਜੂਕੇਸ਼ਨ ਸੈਕਟਰ ਦੀ ਬਹੁਤ ਜ਼ੋਰ ਲਾਇਆ ਸਰਕਾਰ ਨੇ ਅਤੇ ਬਹੁਤ ਵਾਅਦੇ ਕੀਤੇ ਐਜੂਕੇਸ਼ਨ ਦੇ ਉੱਤੇ ਪਰ ਐਜੂਕੇਸ਼ਨ ਪੰਜਾਬ ਇੱਕ ਪੇਂਡੂ ਸੂਬਾ 75% ਬੱਚੇ ਪਿੰਡਾਂ 'ਚ ਪੜ੍ਹਦੇ ਆ ਐਜੂਕੇਸ਼ਨ ਤਾਂ ਹੀ ਮਿਲ ਸਕਦੀ ਹੈ ਜੇ ਆਪਣੇ ਕੋਲ ਪਹਿਲੀ ਗੱਲ ਟੀਚਰ ਪ੍ਰੋਪਰ ਹੋਣਗੇ ਅਤੇ ਪਿੰਡਾਂ ਦੇ ਵਿੱਚ ਟੀਚਰਾਂ ਦੀ ਘਾਟ ਆ ਨਾਲ ਦੇ ਨਾਲ ਉਹਨਾਂ ਦਾ ਜਿਹੜਾ ਪੇਂਡੂ ਭੱਤਾ ਉਹਨਾਂ ਨੂੰ ਮਿਲਦਾ ਸੀ ਰੂਰਲ ਅਲਾਊਂਸ ਉਹ ਸਰਕਾਰ ਨੇ ਬੰਦ ਕਰਤਾ 6% ਅਤੇ ਜਿਹੜੇ ਟੀਚਰ ਆ ਉਹ ਪਿੰਡਾਂ 'ਚ ਘੱਟ ਕੰਮ ਕਰਨਾ ਚਾਹੁੰਦੇ ਆ ਸ਼ਹਿਰਾਂ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਇਹਦੇ 'ਤੇ ਵਿਚਾਰ ਕੀਤਾ ਜਾਵੇ ਸਰ ਡਿਜ਼ਾਸਟਰ ਮੈਨੇਜਮੈਂਟ 'ਤੇ 125 ਕਰੋੜ ਰੁਪਈਆ ਡਿਸਪਰਸ ਕੀਤਾ ਗਿਆ ਮੇਰੇ ਇਲਾਕੇ ਦੇ ਵਿੱਚ ਪਿਛਲੇ ਸਾਲ ਦੇ ਹੜ੍ਹਾਂ ਦੇ ਪੈਸੇ ਅਜੇ ਵੀ ਲੋਕ ਉਡੀਕਦੇ ਨੇ ਅਤੇ ਮੈਂ ਸਰਕਾਰ ਰਾਹੀਂ ਪੁੱਛਣਾ ਚਾਹੁੰਦਾ ਕਿ ਵੀ ਸਾਡੇ ਨਾਲ ਵਿਤਕਰਾ ਕਿਉਂ ਜੇ ਬਾਕੀ ਪੰਜਾਬ ਨੂੰ ਦਿੱਤੇ ਤਾਂ ਕਾਇੰਡਲੀ ਸਾਡੇ ਇਲਾਕੇ ਨੂੰ ਵੀ ਦੇ ਦਿੱਤੇ ਜਾਣ ਸਰ ਪਾਵਰ ਦੀ ਸਬਸਿਡੀ ਦੀ ਗੱਲ ਕਰਾਂ 20,000 ਕਰੋੜ ਰੁਪਈਆ ਪਾਵਰ ਦੀ ਸਬਸਿਡੀ ਪਲੈਨ ਕੀਤੀ ਗਈ ਆ ਪਾਵਰ ਸਾਡੀ ਮੈਕਸੀਮਮ ਡਿਮਾਂਡ 14,300 ਮੈਗਾਵਾਟ ਸੀ ਐਤਕੀ 16,000 ਮੈਗਾਵਾਟ ਹੋ ਜਾਣੀ ਆ ਅਤੇ ਜਿਹੜੀ ਐਕਚੁਅਲ ਟਰਾਂਸਮਿਸ਼ਨ ਕਪੈਸਿਟੀ ਬਾਹਰੋਂ ਪਾਵਰ ਲਿਆਉਣ ਦੀ ਉਹ ਸਿਰਫ 8,500 ਹੈ ਅਤੇ ਜੇ ਸਾਰਾ ਇਕੱਠਾ ਕਰ ਦਈਏ ਸਾਡੇ ਕੋਲ ਅੱਜ ਵੀ 1,000 ਮੈਗਾਵਾਟ ਪਲੱਸ ਸ਼ਾਰਟਫਾਲ ਰਹਿਣੀ ਆ ਅਤੇ ਲੋਕਾਂ ਨੂੰ ਬਿਜਲੀ ਮਿਲਣੀ ਪਾਉਣੀ ਉਹਦੇ ਬਾਅਦ ਸਰਕਾਰ ਦਾ ਕੀ ਵਿਚਾਰ ਹੈ ਜੇ ਆਪਾਂ ਬਾਹਰੋਂ ਬਿਜਲੀ ਖਰੀਦਣੀ ਉਹਦੀ ਜਿਹੜੀ ਪ੍ਰੋਜੈਕਸ਼ਨ ਹੈ ਕਨਕਲੂਡ ਕਰ ਲਓ ਸਰ ਮੇਰੇ 7 ਮਿੰਟ ਨਹੀਂ ਪੂਰੇ ਹੋਏ ਬੇਨਤੀ ਹੈ 3:35 3 ਮਿੰਟ ਰਹਿੰਦੇ ਆ ਸਰ ਮੈਂ ਕਨਕਲੂਡ ਕਰ ਦਿੰਦਾ 3 ਮਿੰਟਾਂ 'ਚ ਸਰ ਪ੍ਰੋਜੈਕਟ ਕੀਤੀ ਸੀ 5.4 ਰੁਪਈਏ ਯੂਨਿਟ ਅਤੇ ਜਨਵਰੀ 'ਚ 6.32 ਖਰੀਦੀ ਗਈ ਐਕਚੁਅਲੀ 7.5 ਉੱਤੇ ਆਉਣੀ ਉਹਦੇ ਉੱਤੇ ਸਰਕਾਰ ਵਿਚਾਰ ਕਰੇ ਸਰ ਭਾਵ ਖੇਤੀਬਾੜੀ ਵਾਸਤੇ ਭਾਵ ਅੰਤਰ ਭੁਗਤਾਨ ਯੋਜਨਾ 15 ਕਰੋੜ ਰੁਪਈਆ ਰੱਖਿਆ ਗਿਆ ਹਾਰਟੀਕਲਚਰ ਕਰੋਪਸ ਵਾਸਤੇ ਇਹ 'ਚ ਫਰੂਟਸ ਵੈਜੀਟੇਬਲਸ ਆ ਜਾਂਦੀਆਂ ਸਰ ਇਹਦਾ ਏਰੀਆ 10 ਲੱਖ ਏਕੜ ਹੈ 10,000 ਕਰੋੜ ਦਾ ਟੋਟਲ ਰੈਵਨਿਊ ਪਰ ਇਹਦੇ 'ਤੇ 10,000 ਕਰੋੜ ਦੇ ਲਈ ਸਿਰਫ 15 ਕਰੋੜ ਰੁਪਇਆ 150 ਰੁਪਈਏ ਪ੍ਰਤੀ ਏਕੜ ਆਉਂਦਾ ਕਿ ਇਹਦੇ ਨਾਲ ਆਪਾਂ ਡਾਇਵਰਸੀਫਿਕੇਸ਼ਨ ਕਰ ਸਕਦੇ ਹਾਂ ਸਰ ਸਰ ਕਰੋਪ ਇੰਸ਼ੋਰੈਂਸ ਸਕੀਮ ਬਾਰੇ ਦੱਸਿਆ ਨਹੀਂ ਗਿਆ ਵੀ ਕਿਵੇਂ ਇੰਪਲੀਮੈਂਟ ਹੋਏਗੀ ਅਤੇ ਉਹਦਾ ਕਿਹਦਾ ਕਿੰਨਾ ਉਹਦਾ ਬਜਟ ਹੋਏਗਾ ਸਰ ਮੇਰਾ ਲਾਸਟ ਕੁਐਸਚਨ ਲਾਸਟ ਪੁਆਇੰਟ ਹੈ ਐਕਸਾਈਜ਼ ਰੈਵਨਿਊ ਸਰਕਾਰ ਨੇ 8,696 ਕਰੋੜ ਰੁਪਈਆ ਵਧਾਇਆ ਇਨਕਰੀਜ਼ ਹੋਈ 2641 ਕਰੋੜ ਦੀ ਮੈਂ ਸਰਕਾਰ ਨੂੰ ਵਧਾਈ ਦਿੰਦਾ ਇਸ ਚੀਜ਼ 'ਤੇ 42% ਇਨਕਰੀਜ਼ ਹੋਇਆ ਅਗਲੇ ਸਾਲ ਦਾ 1,000 ਕਰੋੜ ਰੁਪਇਆ ਇਨਕਰੀਜ਼ ਹੋਇਆ ਤੁਹਾਡੇ ਰਾਹੀਂ ਮੈਂ ਮੰਤਰੀ ਸਾਹਿਬ ਨੂੰ ਇੱਕ ਗੱਲ ਕਹੂੰਗਾ ਸਰ ਮੈਂ ਕੋਈ ਨਿੰਦਿਆ ਨਹੀਂ ਕਰਦਾ ਬਟ ਇੱਕ ਸੁਜੈਸ਼ਨ ਹੈ ਕਿ ਆਪਾਂ ਇਹ ਭੁੱਲ ਗਏ ਕਿ ਰੈਵਨਿਊ ਤਾਂ ਇਨਕਰੀਜ਼ ਹੋ ਗਿਆ 42% ਪਰ ਸ਼ਰਾਬ ਦੀਆਂ ਬੋਤਲਾਂ ਕਿੰਨੀਆਂ ਵਿਕੀਆਂ ਪਿਛਲੇ ਸਾਲ IMF ਸ਼ਰਾਬ ਦੀ 40 ਲੱਖ ਬੋਤਲ ਵਿਕੀ ਸੀ ਇਸ ਸਾਲ 80 ਲੱਖ ਪੇਟੀ ਵਿਕ ਗਈ 40 ਲੱਖ ਤੋਂ 80 ਲੱਖ ਪੇਟੀ ਕਿ ਪੰਜਾਬ ਦੇ ਲੋਕਾਂ ਨੇ ਉਹ ਸ਼ਰਾਬ ਪੀਤੀ ਜੇ ਦੁੱਗਣੀ ਪੀਤੀ ਹੈ ਜਾਂ ਤਾਂ ਸਰ ਸਰਕਾਰ ਦੀ ਖੁਸ਼ੀ 'ਚ ਵਿੱਚ ਹੀ ਪੀਤੀ ਹੈ ਅਤੇ ਜਾਂ ਹੁਣ ਗਮ 'ਚ ਪੀ ਰਹੇ ਨੇ ਅਸਲੀਅਤ 'ਚ ਇਹ ਜਿਹੜੀ ਸ਼ਰਾਬ ਹੈਗੀ ਹੈ ਪੰਜਾਬ ਤੋਂ ਨੌਜਵਾਨ ਬਾਕੀ ਸੂਬਿਆਂ 'ਚ ਲੈ ਕੇ ਜਾ ਰਹੇ ਆ ਚਾਹੇ ਉਹ ਰਾਜਸਥਾਨ ਹੋਵੇ ਚਾਹੇ UP ਹੋਵੇ ਚਾਹੇ ਬਿਹਾਰ ਹੋਵੇ ਅਸੀਂ ਆਪਣੀ ਨੌਜਵਾਨੀ ਨੂੰ ਸਮਗਲਰ ਬਣਾ ਰਹੇ ਹਾਂ ਸਿਰਫ 1,000-2,000 ਕਰੋੜ ਰੁਪਈਏ ਪਿੱਛੇ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਸਰ ਇਹਦੇ ਉੱਤੇ ਵਿਚਾਰ ਕੀਤਾ ਜਾਵੇ ਕਿਉਂਕਿ ਹੋਇਆ ਕੀ ਸੀ ਜਦੋਂ ਅਕਾਲੀ ਦਲ ਦਾ ਰਾਜ ਸੀ ਉਹਨਾਂ ਨੇ 70,000 ਬੰਦਾ ਸ਼ਰਾਬ ਦੇ ਵਿੱਚ ਫੜ ਕੇ ਅੰਦਰ ਕੀਤਾ ਸੀ ਉਹਨਾਂ 'ਤੇ ਚਿੱਟਾ ਪਾਇਆ ਸੀ ਗੋਲੀਆਂ ਪਾਈਆਂ ਸੀ ਉਹ ਬਾਹਰ ਨਿਕਲ ਕੇ ਚਿੱਟੇ ਦੇ ਵਪਾਰੀ ਬਣ ਗਏ ਇਹ ਆਪਣੇ ਬੰਦੇ ਅੱਜ ਸ਼ਰਾਬ ਦੇ ਵਪਾਰ 'ਚ ਟ੍ਰੇਨ ਹੋ ਜਾਣਗੇ ਸਮਗਲਰ ਅਤੇ ਕੱਲ੍ਹ ਨੂੰ ਇਹਨਾਂ ਨੇ ਆ ਕੇ ਪੰਜਾਬ 'ਚ ਚਿੱਟਾ ਵੇਚਣਾ ਮੈਂ ਪਟਨਾ ਸਾਹਿਬ ਮੱਥਾ ਟੇਕਣ ਗਿਆ ਸੀ ਸਪੀਕਰ ਸਾਹਿਬ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਉੱਥੇ ਦਾ ਇੱਕ ਬੜਾ ਵੱਡਾ ਅਫਸਰ ਮੈਨੂੰ ਮਿਲਿਆ ਉਹ ਕਹਿੰਦਾ ਜੀ ਤੁਸੀਂ ਇੱਥੇ ਪੰਜਾਬ ਦੇ ਯੰਗ ਬੱਚੇ ਇੰਨੇ ਬੰਦ ਨੇ ਕਿ ਸਾਡੀ ਜੇਲ੍ਹ 'ਚ ਗੁਰਦੁਆਰਾ ਸਾਹਿਬ ਖੋਲ੍ਹ ਲਓ ਸੋ ਮੈਂ ਇਹ ਚਾਹੂੰਗਾ ਤੁਹਾਡੇ ਰਾਹੀਂ ਸਰਕਾਰ ਨੂੰ ਬੇਨਤੀ ਕਰਨੀ ਕਿ ਇਹਦੇ ਉੱਤੇ ਵਿਚਾਰ ਕੀਤਾ ਜਾਵੇ ਥੈਂਕ ਯੂ ਸਰ ਥੈਂਕ ਯੂ